गुड मॉर्निंग, किवें हो सारे? उम्मीद करते हैं तुम सारे जने ठीक होंगे। तो आप अज ब्लॉग न्यू ब्लॉग लेके आए हैं। तो अज तरीक है 21, तो मैं अच अपना सूट पाया वा। दसो फिर किदा सूट किदा लगा थानू, कि मेरे किदा लग्या? हूँ लग्या सी रोटी खान, मैं तो मम्मा दे। हाँ जी मम्मा। हेलो गाइस, गुड मॉर्निंग, की हाल चाल है? किवें हो? हम लगे हैं रोटी खान। आई बैठी हैं मैं रोटी समझ दी। तो असी लगे हैं असी रोटी खान, तो फिर मिलती हैं थानू रोटी खा के। घर इत गाइया रोटी पा कट्टी ते ओ हैगिया गां, ते आ फट्टी पुत्तर नाली मशीन आ, ते हाइस आ असियां असियां। हाँ जी, ते असी रखतियां इत्थे रोटियां, ते रोटियां रखतियां दादू पा जाणगे इन्हां नूं खा लैणगे, फिर असी चले हुण घर नूं। गाइस मैं हुण कर लईआं सूट स्टिच, ते क्योंकि मम्मा कहिंदी कि मेरा सूट पया, मैं कहा मम्मा मैं स्टिच करदा। मम्मा वैसे मैं कीता सीगा क्योंकि कल मशीन खराब हुई हुई सीगी, ते इस करके मैं मेरा सूट बिच रह गया मम्मा का। तो मैं वैसे आपके सू चुन्नी तो बूटा भी लाना वा, फिर वो भी लाऊंगी मैं। तो हाँ सिलाई कर लगी मम्मा का सूट पिया, मम्मा का इदा का सूट आ। सो मैं सलवार था अद्धे स्टिच करती सी, तो कमीज रहा सी वो मैं कर लगी हाँ स्टिच। तो बैठे मम्मा की करते हो? पोको दा न्यू फोन लिया वा, ते अपने ब्लॉग हुण आया करनगे इहदे च मैं ऐड करूंगी। ते दस्सियो क्लियरिटी किन्नी आ इहदी, किन्नी ने? मेरे ब्लॉग भी आए रहेंगे, तो मैं आपके फोन पर मम्मा आपके फोन पर, तो आप मिलते हैं फिर थोड़े टाइम बाद। हाँ जी गाइस, मम्मा अज मेरे घर लगे रिवॉर्निंग बाल, तो मम्मा कहते हेयर वॉश मैं आपे तेरे कर दिनी हाँ। हम मम्मा मेरे हेयर वॉश करे, तो फिर उस बाद रिवॉर्निंग बाल करा। सो गाइस आप बाल कर लेंगे रिवॉर्निंग, तेरह दिन हैड वॉश कर लिया, तो बट मैंने बाल ये चिप चिपे जे लगते हैं, मैं क्या एक बार हेड वॉश कर दी हाँ, तो फिर आप रिवॉर्निंग स्टार्ट करते हैं। फिर थोड़े मिलते हैं रिवॉर्निंग बाल करते हैं। हेड वॉश करता, तो हम आप ड्रायनर सुखाने बाल सका के सीधा कर फोन सीधा ही आ मेरे कल लगे रिवॉर्निंग बाल, मेरे मतलब बाल सुखा दी मम्मा ने ड्रायर नाल, ते हम मम्मा मेरे घर लगे फिर बाल मिलते हैं जो मेरे मॉर्निंग बाल हो गए, तो या फिर क्लिपा वैसे वैसे लवेंगे थोड़िया थोड़िया। पहला स्टेप शुरू हो गया, तो बाल ड्राई करते सुखाते,
ਤੇ ਪਹਿਲਾਂ ਸਟੈਪ ਅਪਣਾਵਾਂਗੇ, ਕਰੀਮ ਅਪਲਾਈ ਕਰਾਂਗੇ। ਹਾਂਜੀ ਜੀ ਗਾਇਸ, ਆਪਾਂ ਮੰਮਾ ਨੇ ਮੇਰੀ ਕਰ ਦਿੱਤੀ ਕਰੀਮ ਅਪਲਾਈ ਫਸਟ, ਅਤੇ ਦੇਖੀ ਮੇਰੀ ਵਾਲ, ਅਤੇ ਮੰਮਾ ਲਾ ਰਹੇ ਆ ਮੋਬਲ ਨੀਲ ਪੇਂਟ। ਹਾਂਜੀ ਮੰਮਾ ਲਗਾ ਰਹੇ ਨੀਲ ਪੇਂਟ, ਅਤੇ ਉੱਦਣ ਦੇ ਲਿਆਉਂਦੇ ਹੋਏ ਜਦੋਂ ਮੋਰਨਿੰਗ ਨੇ ਕਰੀਮਾਂ ਲਿਆਉਂਦੀਆਂ ਸੀ ਨੀਲ ਪੇਂਟ, ਅੱਜ ਕੱਢੇ ਆ ਕਰੀਮਾਂ ਦੇ ਵਿੱਚੋਂ। ਅਲੱਗ ਅਲੱਗ ਅਸੀਂ ਨੇਲ ਪੇਟਾਂ ਲੈ ਕੇ ਆਏ ਸੀਗੇ ਸੂਟਾਂ ਨਾਲ ਦੀਆਂ, ਸੋ ਮੈਂ ਕੱਢੀਆਂ ਨੇ ਇੱਕ ਔਰੰਜ ਅਤੇ ਇੱਕ ਲੈਂਦੀ ਗ੍ਰੀਨ, ਅਤੇ ਆ ਹੈਗਾ ਮਜੈਂਟਾ। ਮਜੈਂਟਾ ਕੱਲ੍ਹ ਸਾਡਾ ਜਾ ਦਿਨ ਰਿਹਾ ਗਿਆ, ਮਜੈਂਟਾ ਆਹ ਸੂਟ ਪਾਇਆ ਸੀ ਅਸੀਂ, ਔਰੰਜ ਨੇਲ ਪੇਂਟ ਲਗਾਈ ਹੋਈ ਸੀ, ਅਤੇ ਅਸੀਂ ਉੱਦਾਂ ਹੀ ਚਲੇ ਗਏ। ਤੁਹਾਨੂੰ ਮਿਲਦੇ ਹਾਂ ਜਦੋਂ ਮੰਮਾ ਨੇ ਮੇਰੀ ਹੇਅਰ ਵਾਸ਼ ਕਰ ਦਿੱਤੀ, ਫਿਰ ਤੁਹਾਨੂੰ ਦਿਖਾਵਾਂਗੇ ਮੇਰੀ ਹੇਅਰ ਵਾਸ਼ ਕਿੱਦਾਂ ਮੋਰਨਿੰਗ ਹੁੰਦੀ ਆ। ਜੀ ਗਾਇਸ, ਮੰਮਾ ਮੇਰੇ ਲੱਗਿਆ ਵਾਲ ਚੈੱਕ ਕਰਨ ਵੀ ਕਿੱਦਾਂ ਹੋ ਰਹੇ ਆ, ਅਤੇ ਖਿੱਚ ਕੇ ਦੇਖਦੇ ਆ। ਮੰਮਾ ਮੇਰੇ ਖਿੱਚ ਕੇ ਦੇਖ ਰਹੇ ਨੇ ਵਾਲ। ਮੰਮਾ ਠੀਕ ਨੇ? ਟਾਈਮ ਲੱਗੋ 12 ਵਜੇ ਆਪਾਂ ਕੀਤਾ ਸੀਗਾ, ਇਹ ਘੰਟਾ ਬੈਠਣਾ ਪੈਂਦਾ ਗਾਇਸ, ਬਹੁਤ ਔਖਾ। ਆਪਾਂ ਕਹਿ ਦਿੰਦੇ ਹਾਂ ਵੀ ਮੋਰਨਿੰਗ ਵਾਲ ਕਰਾਉਣੀ ਆ, ਬਟ ਬਹੁਤ ਜ਼ਿਆਦਾ ਔਖਾ ਵਾ, ਬੁਰਾ ਬੁਰਾ ਜਿਹਾ ਸੜਿਆ ਕਰੀਮ ਦਾ ਵੀ। ਸੋ ਹਾਂਜੀ ਗਾਇਸ, ਅਤੇ ਆਪਾਂ ਇਹਦੇ ਹੁਣ ਵਾਲ ਲੱਗਦੇ ਹਾਂ ਹੈੱਡ ਵਾਸ਼ ਕਰਨ। ਇੱਥੇ ਪਿੱਛੇ ਨੂੰ ਕਰ ਲਾ, ਢੋਲ ਪਿੱਛੇ ਨੂੰ ਢੋਲ ਲਾ ਕੇ ਪਿੱਛੇ ਨੂੰ ਛੱਡ, ਅਤੇ ਆਪਾਂ ਇਹਦੇ ਵਾਲ ਹੈੱਡ ਵਾਸ਼ ਕਰਦੇ ਹਾਂ, ਅਤੇ ਇੱਥੇ ਮੈਂ ਇਹਨੂੰ ਕੁਰਸੀ 'ਤੇ ਬਹਾ ਲਿਆ। ਹਾਂਜੀ ਗਾਇਸ, ਮੰਮਾ ਨੇ ਕਰ ਦਿੱਤੀ ਮੇਰੀ ਹੈੱਡ ਵਾਸ਼, ਅਤੇ ਮੰਮਾ ਹੁਣ ਮੇਰੀ ਉਹ ਕਰ ਰਹੇ ਆ ਸਕੋਨ ਹੇਅਰ, ਅਤੇ ਪਹਿਲੇ ਨੂੰ ਕੱਟ ਇੱਦਾਂ ਕਰ ਦਿੱਤਾ ਹੋਇਆ ਪਿੱਛੇ ਨੂੰ ਕਰਕੇ ਕੀਤਾ। ਸੋ ਗਾਇਸ, ਕਰੀਮ ਪਹਿਲੀ ਇਹਦੀ ਧੋਤੀ, ਹੈੱਡ ਵਾਸ਼ ਕਰਤਾ, ਅਤੇ ਹੁਣ ਵਾਲ ਡਰਾਈ ਕਰਾਂਗੇ, ਡਰਾਈ ਕਰਕੇ ਆਇਰਨ ਕਰਾਂਗੇ, ਆਇਰਨ ਕਰਕੇ ਫਿਰ ਸੈਕਿੰਡ ਕਰੀਮ ਅਪਲਾਈ ਕਰਾਂਗੇ। ਸੋ ਮੈਨੂੰ ਠੰਡ ਬਹੁਤ ਜ਼ਿਆਦਾ ਲੱਗੀ ਜਾਂਦੀ ਆ ਠੰਡੇ ਠੰਡੇ ਪਾਣੀ ਨਾਲ। ਅਤੇ ਹੁਣ ਮੇਰੇ ਹੋ ਰਹੇ ਆ ਸਟੇਟ ਵਾਲ, ਅਤੇ ਸੈਕਿੰਡ ਆਪਾਂ ਕਰੀਮ ਵੀ ਹੁਣ ਮੰਮਾ ਲਾਉਣਗੇ ਜਦੋਂ ਮੇਰੇ ਸਟੇਟ ਹੋ ਗਏ ਵਾਲ। ਅਤੇ ਮੰਮਾ ਤੁਸੀਂ ਕਹਿਣਾ ਚਾਹੁੰਦੇ ਹੋ ਕੁਛ ਹੇਅਰ ਬਾਰੇ? ਮੈਂ ਚਾਹੁੰਦੀ ਹਾਂ ਸੋਹਣੇ ਸੋਹਣੇ ਵਾਲ ਹੋ ਜਾਣ ਤੇਰੇ, ਅਤੇ ਸੋਹਣੇ ਸੋਹਣੇ ਹੋਣੇ ਆ। ਦੇਖੋ ਗਾਈਸ, ਵੈਸੇ ਪਤਾ ਨਹੀਂ ਦੇਖਦੇ ਪਏ ਆ ਕਿ ਨਹੀਂ, ਅਤੇ ਤੁਹਾਨੂੰ ਦਿਖਾਵਾਂਗੇ, ਮੰਮਾ ਦਿਖਾਉਣਗੇ, ਅਤੇ ਪਿੱਛੋਂ ਸਾਰਾ ਕੁਛ ਬਾਲ ਬੂਲ। ਜੁੜੇ ਰਹੋ ਸਾਡੇ ਨਾਲ। ਮੇਰੀ ਮੰਮਾ ਕਰ ਰਹੇ ਅੱਜ ਮੇਰੇ ਰਿਵਾਨਿੰਗ ਬਾਲ, ਅਤੇ ਸੈਕਿੰਡ ਕਰੀਮ ਲਾਉਣਗੇ ਮੰਮਾ ਜਦੋਂ ਮੇਰੇ ਸਟੇਟ ਬਾਲ ਕਰ ਦਿੱਤੇ, ਅਤੇ ਫਸਟ ਕਰੀਮ ਆਪਾਂ ਲਾ ਦਿੱਤੀ ਅਤੇ ਹੇਅਰ ਵਾਸ਼ ਵੀ ਕਰ ਦਿੱਤੇ ਸੀ, ਅਤੇ ਹੁਣ ਮੰਮਾ ਮੇਰੇ ਸਟੇਟਨਰ ਨਾਲ ਸਟੇਟ ਕਰ ਰਹੇ ਨੇ ਹੇਅਰ, ਅਤੇ ਫਿਰ ਜੁੜੇ ਰਹੋ ਸਾਡੇ ਬਲੌਗ ਦੇ ਨਾਲ। ਮੇਰੀ ਮੰਮਾ ਕਰ ਰਹੇ ਅੱਜ ਮੇਰੇ ਰਿਵਾਨਿੰਗ ਬਾਲ, ਅਤੇ
सैकेंड क्रीम लाएंगे मम्मा जो मेरे स्ट्रेट बाल कर दिते ते फर्स्ट क्रीम आप ला दी थी हेयर वॉश भी कर दिते सी ते हुण मम्मा मेरे स्ट्रेटनर ना स्ट्रेट कर रहे ने हेयर ते फिर जुड़े रहो साडे ब्लॉग दे नाल। हाँ जी गाइस ते आप कर लगे हूँ गिफ्ट पैकिंग ते देखो गिफ्ट पैकिंग कर रहे हैं ते हूँ क्योंकि मेरे अज रिबॉन्डिंग गल की मम्मा ने मम्मी गल मेरी हो गई अज बहुत ज़्यादा केयर करनी पैनी है लेकिन यदि केयर बहुत ज़्यादा करनी पैंती है रिबॉन्डिंग गल की मम्मा ने अज कम मम्मा ने किया अदा मैं भी किया वैसे तो आप मिलते हैं गिफ्ट पैकिंग करके ब्लॉग का एंड कर मिलते हैं असी मॉर्निंग अज का जोड़ा ब्लॉग आ वो असी पावे सारा जोड़ा भी मेरे वॉर्निंग बाल किए सो मम्मा ने ते वो सारा ब्लॉग आऊगा तो आप मिलेंगे मॉर्निंग ठीक है फिर गुड नाइट बोलो गुड नाइट गाइस ते बाय बाय।